ਸਤਿ ਸ੍ਰੀ ਅਕਾਲ ਜੀ ਬਾਈ ਜੀ, ਅੱਜ ਦੋ ਚਾਰ ਗੱਲਾਂ ਗੀਆਂ ਜਿਹੜਾ ਕਿਸਾਨੀ ਮੁੱਦੇ ਦੇ ਉੱਤੇ ਹੈਗੀਆਂ, ਤਾਂ ਉਹ ਜ਼ਰੂਰ ਐਂਡ ਤੱਕ ਸੁਣਿਆ ਨਾ ਬਾਈ ਜੀ। ਕਈ ਵਿਦਵਾਨ ਕਹਿੰਦੇ ਕਿਸਾਨ ਬੂਝੜਾ ਜੀ, ਇਹਨੂੰ ਸੂਹ ਨਹੀਂ ਹੈਗੀ, ਅਕਲ ਨਹੀਂ ਹੈਗੀ ਜੀ, ਇਹਨਾਂ ਨੇ ਜੀ ਫਸਲਾਂ ਦੇ ਵਿੱਚ ਜ਼ਹਿਰ ਘੋਲਤਾ। ਚਲੋ ਅਸੀਂ ਫਸਲਾਂ ਦੇ ਵਿੱਚ ਜ਼ਹਿਰ ਘੋਲਤਾ ਤੇ ਪਾਣੀਆਂ ਦੇ ਵਿੱਚ ਕਿਹਨੇ ਘੋਲਿਆ? ਪਹਿਲੀ ਗੱਲ ਤਾਂ ਹੁਣ ਫਸਲਾਂ ਦੇ ਜ਼ਹਿਰ ਘੋਲਣ ਦੀ ਗੱਲ ਕਰਦੇ ਆ ਵੀ ਕਿਸਾਨ ਨੇ ਘਰੇ ਤਾਂ ਜ਼ਹਿਰ ਬਣਾਇਆ ਨੀਗਾ, ਬਣਾਇਆ ਤਾਂ ਜੇ ਇਹਨਾਂ ਨੇ ਕੋਈ ਮਾਨਤਾ ਦਿੱਤੀ ਹੈ ਜ਼ਹਿਰਾਂ ਨੂੰ ਤਾਂ ਫੇਰ ਹੀ ਆਪਣੇ ਤੱਕ ਪਹੁੰਚੀ ਆ। ਹੁਣ ਜੀ ਯੂਰੀਆ ਦੀ ਗੱਲ ਕਰਦੇ ਆ, ਇਹ ਕਹਿੰਦੇ ਯੂਰੀਆ ਤੁਸੀਂ ਮੰਨ ਕੇ ਚੱਲ ਇੰਨੀ ਇੰਨੀ ਪਾ ਕੇ ਤਾਂ ਆਪਣੀ ਜਿਹੜੀ ਕਣਕਾਂ ਖਾਣ ਵਾਲੀ ਨਹੀਂ ਰਹੀ। ਯੂਰੀਆ ਕਿੱਥੋਂ ਆਈ? ਯੂਰੀਆ ਬਾਈ ਜੀ ਤੁਹਾਨੂੰ ਪਤਾ ਵੀ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਦੂਜੇ ਵਿਸ਼ਵ ਯੁੱਧ ਦੀ ਤਿਆਰੀ ਸੀਗੀ ਤਾਂ ਇਹਨਾਂ ਨੇ ਵੱਡੇ ਘਰਾਣੇ ਦੀਆਂ ਫੈਕਟਰੀਆਂ ਸੀ, ਇਹ ਨਾਈਟ੍ਰੇਟ ਹੁੰਦਾ ਸਾਰਿਆਂ ਨੂੰ ਪਤਾ ਹਨਾ ਵੀ ਇਹ ਬੰਬ ਬਣਾਉਣ ਦੇ ਕੰਮ ਆਉਂਦਾ। ਬਾਈ ਜੀ ਇਹਨਾਂ ਨੇ ਨਾਈਟ੍ਰੇਟ ਇੰਨਾ ਪੈਦਾ ਕਰ ਲਿਆ ਵੀ ਇਹਨਾਂ ਨੂੰ ਫਾਲਤੂ ਵਾਧੂ ਬਚ ਗਿਆ। ਫਿਰ ਬਾਈ ਉਦੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਸੀਗੀਆਂ, ਪੈਸਾ ਲਾਇਆ ਸੀ, ਇਨਵੈਸਟ ਕੀਤਾ ਸੀ, ਤਾਂ ਉਹ ਇਹਨਾਂ ਦੀਆਂ ਫੈਕਟਰੀਆਂ ਬੰਦ ਹੁੰਦੀਆਂ ਸੀਗੀਆਂ ਤਾਂ ਇਹਨਾਂ ਨੇ ਕੀ ਕੀਤਾ? ਉਹੀ ਯੂਰੀਆ ਖੇਤਾਂ ਦੇ ਵਿੱਚ ਖਿਲਾਰਨ ਲੱਗ ਗਏ। ਖੇਤਾਂ ਦੇ ਵਿੱਚ ਕਿੱਥੇ ਖਿਲਾਰੀ? ਵੀ ਆਪਣੇ ਬਜ਼ੁਰਗਾਂ ਤੋਂ ਪੁੱਛ ਕੇ ਦੇਖ ਲਓ, ਗ੍ਰਾਮ ਸੇਵਕ ਹੁੰਦੇ ਸੀ ਪਿੰਡਾਂ ਦੇ ਵਿੱਚ, ਉਹਨਾਂ ਨੇ 10-10 ਕਿਲੋ ਆਪਾਂ ਨੂੰ ਕਿਸਾਨਾਂ ਨੂੰ ਫ੍ਰੀ ਦਿੰਦੇ ਹੁੰਦੇ ਸੀਗੇ ਇਹ ਜਿਹੜੀ ਯੂਰੀਆ ਸੀਗੀ। 10-10 ਕਿਲੋ ਤੋਂ ਚੱਲਿਆ ਜੀ, ਉਦੋਂ ਬਾਅਦ ਹੌਲੀ ਹੌਲੀ ਵੱਧਦਾ ਗਿਆ। ਆਪਣੀ ਜ਼ਮੀਨ ਆ ਜਿਹੜੀ ਇਹਨਾਂ ਨੇ ਨਸ਼ੇ ਤੇ ਲਾ ਦੀ ਸਾਰੀ, ਜਿਵੇਂ ਅੱਜ ਕੱਲ੍ਹ ਚਿੱਟੇ ਦੇ ਉੱਤੇ ਨੌਜਵਾਨਾਂ ਨੂੰ ਲਾ ਲਿਆ, ਜਾਂ ਨੌਜਵਾਨ ਪੀੜ੍ਹੀ ਜਾਂ ਜਿੰਨੀ ਵੀ ਹੈਗੀ ਆ ਚਿੱਟੇ ਦੇ ਉੱਤੇ ਲਾ ਰਹੇ ਆ ਇਹ। ਉਸੇ ਤਰੀਕੇ ਜੀ ਆਪਣੀਆਂ ਜਿਹੜੀਆਂ ਫਸਲਾਂ ਸੀਗੀਆਂ ਇਹਦੇ ਉੱਤੇ ਲੱਗ ਗਈਆਂ। ਫਿਰ ਗੱਲ ਕਰਦੇ ਜੀ, ਇਹ ਮਜਬੂਰੀ ਕੋਈ ਨਹੀਂ ਸਮਝਦਾ ਕਿਸਾਨ ਦੀ, ਤਾਂ ਕਹਿੰਦੇ ਪਰਾਲੀ ਦਾ ਧੂੰਆਂ ਜੀ, ਪਰਾਲੀ ਦੇ ਧੂੰਆਂ, ਕੱਲੀ ਪਰਾਲੀ ਦਾ ਧੂੰਆਂ ਦਿਸ ਜਾਂਦਾ, ਮਜਬੂਰੀ ਕੁਛ ਨਹੀਂ ਦਿਸਦੀ। ਪਰਾਲੀ ਦੇ ਧੂੰਏ ਦੇ ਵਿੱਚ ਸਾਨੂੰ ਪਤਾ ਜੀ ਹਵਾ ਜਿਹੜੀ ਹੈਗੀ ਆਪਣੀ ਦੂਸ਼ਿਤ ਹੋ ਜਾਂਦੀ ਆ। ਹਵਾ ਜਦੋਂ ਦੂਸ਼ਿਤ ਹੋ ਜਾਂਦੀ ਆ ਉਹਦੇ ਵਿੱਚ ਸਾਡੇ ਬੱਚੇ ਵੀ ਸਾਹ ਲੈਂਦੇ, ਸਾਨੂੰ ਵੀ ਪਤਾ ਵੀ ਉਹ ਹਵਾ ਦੂਸ਼ਿਤ ਆ, ਸਾਡੀਆਂ ਵੀ ਅੱਖਾਂ ਮੱਚਦੀਆਂ, ਅਸੀਂ ਵੀ ਉਸੇ ਹਵਾ ਦੇ ਵਿੱਚ ਸਾਹ ਲੈਂਦੇ, ਅਸੀਂ ਕੋਈ ਵੱਖਰੀ ਹਵਾ ਦੇ ਵਿੱਚ ਸਾਹ ਤਾਂ ਲੈਂਦੇ ਨੀਗੇ, ਤਾਂ ਸਾਨੂੰ ਸਾਰਾ ਪਤਾ ਜੀ ਉਸ ਚੀਜ਼ ਦਾ, ਪਰ ਸਾਡੀ ਮਜਬੂਰੀ ਆ। ਹੁਣ ਜੀ ਗੱਲ ਕਰਦੇ ਵੀ ਆਕਸੀਜਨ ਦੀ, ਆਕਸੀਜਨ ਆਪਣੀ ਖਰਾਬ ਹੋ ਗਈ, ਆਕਸੀਜਨ ਦਾ ਪਤਾ ਵੀ ਇੱਥੇ ਆਪਾਂ ਨੂੰ ਖੁੱਲੇ 'ਚ ਮਿਲੀ ਜਾਂਦੀ ਹੈ ਨਾ, ਅਸਮਾਨ ਦੇ ਵਿੱਚ ਆਪਾਂ ਨੂੰ ਫ੍ਰੀ ਦੇ ਵਿੱਚ ਮਿਲਦੀ ਆ, ਪਰ ਉਹ ਹਵਾ ਦਾ ਸਾਨੂੰ ਪਤਾ ਵੀ ਜਦੋਂ ਆਪਾਂ ਉਹੀ ਆਕਸੀਜਨ ਹਸਪਤਾਲਾਂ ਦੇ ਵਿੱਚ ਜਾ ਕੇ ਲਵਾਂਗੇ ਤਾਂ ਕੀ ਰੇਟ ਪੈਂਦੀ ਆ ਆਪਾਂ ਨੂੰ, ਬਹੁਤ ਮਹਿੰਗੀ ਪੈਂਦੀ ਆ, ਪਰ ਉੱਥੇ ਮਜਬੂਰੀ ਆ ਜਾਂਦੀ ਆ। ਹੁਣ ਜੀ ਜੇ ਵੱਡਾ ਟਰੈਕਟਰ ਲੈ ਲਿਆ ਕਿਸਾਨ ਨੇ, ਸੰਦ ਇਹਨਾਂ ਦੇ ਜਿਹੜੇ ਵੀ ਹੁੰਦੇ ਆ, ਪਹਿਲਾਂ ਚਲੋ ਸੰਦਾਂ ਦੀ ਗੱਲ ਕਰਦੇ ਹਾਂ ਬਈ, ਸੰਦ ਲੈ ਲਏ, ਸੰਦ ਇਹਨਾਂ ਦੇ ਜਿਹੜੀ ਵੀ ਮਾਨਤਾ ਦੇਈ ਜਾਂਦੇ ਆ, ਘੱਟੋ ਘੱਟ 60 ਹਾਰਸ ਪਾਵਰ ਦਾ ਟਰੈਕਟਰ ਖੇਡਦਾ ਗਾ। ਹੁਣ ਛੋਟਾ ਜ਼ਿਮੀਂਦਾਰ ਤਾਂ ਉਹ ਟਰੈਕਟਰ ਨਹੀਂ ਲੈ ਸਕਦਾ, ਸੰਦ ਇਹਨਾਂ ਤੋਂ ਮੁਹੱਈਆ ਨਹੀਂ ਹੁੰਦੇ ਸਾਰਿਆਂ ਨੂੰ, ਤਾਂ ਜੇ ਕੋਈ ਛੋਟਾ ਜ਼ਿਮੀਂਦਾਰ ਵੱਡਾ ਟਰੈਕਟਰ ਲੈ ਲੈਂਦਾ ਫਿਰ ਕਹਿੰਦੇ ਫਾਹੇ ਤਾਂ ਲੈਂਦਾ ਗਾ ਵੱਡਾ ਟਰੈਕਟਰ ਲੈ ਲਿਆ, ਹੁਣ ਜਾਈਏ ਤਾਂ ਜਾਈਏ ਕਿੱਧਰ। ਫਿਰ ਇਹਨਾਂ ਨੇ ਹਰੀ ਕ੍ਰਾਂਤੀ ਲਿਆਉਣ ਵਾਸਤੇ ਜੀ ਮਨ ਝੋਨੇ ਦੀ ਫਸਲ ਆਈ ਹੈ ਨਾ, ਤਾਂ ਹਰੀ ਕ੍ਰਾਂਤੀ ਲਿਆਂਦੀ, ਹਰੀ ਕ੍ਰਾਂਤੀ ਲੈ ਤਾਂ ਆਉਂਦੀ ਪਰ ਸਾਮੀ ਇਹਨਾਂ ਤੋਂ ਗਈ ਨੀਗੀ। ਹੁਣ ਹਰੀ ਕ੍ਰਾਂਤੀ ਲਿਆਂਦੀ, ਹੁਣ ਸਾਰੇ ਨੂੰ ਪਤਾ ਵੀ 1 ਕਿਲੋ ਝੋਨਾ ਪੈਦਾ ਕਰਨ ਵਾਸਤੇ ਘੱਟੋ ਘੱਟ 5,000 ਲੀਟਰ ਪਾਣੀ ਲੱਗਦਾ, ਦੇ ਅੱਜ 1 ਲੀਟਰ ਪਾਣੀ ਆਪਾਂ ਨੂੰ ਕਿੰਨੇ ਚ ਮਿਲਦਾ? 20 ਰੁਪਿਆਂ ਦੇ ਵਿੱਚ। ਝੋਨਾ 1 ਕਿਲੋ ਕਿੰਨੇ ਦਾ ਵਿਕਦਾ? 18 ਦਾ। ਹੁਣ ਜੇ ਆਪਾਂ 5,000 ਲੀਟਰ ਦੀ ਕੀਮਤ ਲਾਈਏ 50 ਪੈਸੇ ਵੀ, ਤਾਂ ਘੱਟੋ ਘੱਟ ਬਾਈ ਜੀ 2,500 ਰੁਪਏ ਦਾ ਪਾਣੀ ਲੱਗ ਜਾਂਦਾ 1 ਕਿਲੋ ਝੋਨਾ ਪੈਦਾ ਕਰਨ ਨੂੰ। ਆਪਾਂ ਪਾਣੀ ਆਪਦਾ ਨਸ਼ਟ ਕਰ ਲਿਆ, ਸਾਰੇ ਦਾ ਸਾਰਾ ਆਪਾਂ ਮਨ ਬਰਬਾਦ ਕਰ ਲਿਆ, ਪਾਣੀ ਕਿੱਥੇ ਦੀ ਕਿੱਥੇ ਚਲੇ ਗਏ। ਹੁਣ ਬਾਈ ਜੀ ਝੋਨਾ ਪੈਦਾ ਕਰਨ ਵਾਸਤੇ ਬਿਜਲੀ ਵੀ ਕਿੰਨੀ ਲੱਗਦੀ ਹੈ? ਘੱਟੋ ਘੱਟ 3-4 ਥਰਮਲ ਆ ਜਿਹੜੇ ਪੰਜਾਬ ਨੂੰ ਬਿਜਲੀ ਪੂਰੀ ਕਰਨ ਵਾਸਤੇ ਲੱਗੇ ਹੋਏ ਆ, ਉਹਦੇ ਵਾਸਤੇ ਬਾਈ ਕਿੰਨੀਆਂ ਟ੍ਰੇਨਾਂ ਲੱਗਦੀਆਂ? ਰੋਜ਼ ਦੀਆਂ ਮੇਰੇ ਖਿਆਲ ਦੇ 4 ਟ੍ਰੇਨਾਂ ਲੱਗ ਜਾਂਦੀਆਂ, ਤੇ ਬਾਈ 1/4 ਉਹਨਾਂ ਦੀ ਮੰਨ ਕੇ ਚੱਲੋ 1 ਟ੍ਰੇਨ ਰਾਖ ਦੀ ਨਿਕਲਦੀ ਆ। ਕੋਈ ਰਾਖ ਵਾਲੀ ਟ੍ਰੇਨ ਆ ਜਿਹੜੀ ਕਦੇ ਵਾਪਸ ਜਾਂਦੀ ਦੇਖੀ ਆਪਾਂ? ਕਦੇ ਨੀ ਦੇਖੀ ਹੋਣੀ। ਪਰ ਬਾਈ ਇੱਕ ਗੱਲ ਆ, ਕੈਂਸਰ ਵਾਲੀ ਟ੍ਰੇਨ ਸਾਰਿਆਂ ਨੇ ਦੇਖੀ ਆ, ਬਠਿੰਡਾ ਤੋਂ ਜਾਂਦੀ ਆ ਜਿਹੜੀ ਰਾਜਸਥਾਨ ਨੂੰ, ਬੀਕਾਨੇਰ ਨੂੰ ਕੈਂਸਰ ਟ੍ਰੇਨ, ਬਈ ਉਹ ਟ੍ਰੇਨ ਜਾਂਦੀ ਆ ਭਰ ਕੇ। ਤੇ ਬਾਈ ਗੱਲਾਂ ਤਾਂ ਹੋਰ ਵੀ ਬਹੁਤ ਹਨਾ ਕਰਨ ਵਾਲੀਆਂ ਵੀ ਕੀ ਆਪਾਂ ਨੂੰ ਦੇਣਾ। ਹੁਣ ਇਹ ਕਹਿੰਦੇ ਵੀ ਫਸਲ ਦਾ ਬਦਲ ਕਰ ਲਓ, ਫਸਲ ਦਾ ਬਈ ਬਦਲ ਇਹਨਾਂ ਨੇ ਰੇਟ ਰੱਖਦੇ, ਅਸੀਂ ਨਰਮੇ ਦੀ ਥਾਂ ਤੇ ਝੋਨੇ ਦੀ ਥਾਂ ਤੇ ਨਰਮਾ ਲਾ ਲਿਆ, ਨਰਮੇ ਦਾ ਰੇਟ ਬਈ ਸਰਕਾਰੀ ਇਹਨਾਂ ਨੇ ਬੰਨਤਾ 53,500 ਰੁਪਿਆ,
ਵਿਕਦਾ ਕਿੰਨਾ ਬਈ 5,000, ਫਿਰ ਉਹ ਚੀਜ਼ ਦਾ ਬੰਨਣ ਦਾ ਕੀ ਫਾਇਦਾ? ਇਹ ਲੋਕ ਦਿਖਾਵਾ ਜਾਂ ਪੇਪਰਾਂ ਦੇ ਵਿੱਚ ਦਿਖਾਵਾ ਕਰਨਾ ਵੀ ਅਸੀਂ 53,500 ਬੰਨ ਦਿੱਤਾ, ਜਦੋਂ ਵਿਕੀ ਤਾਂ ਚੀਜ਼ 5,000 ਨੂੰ ਜਾਂਦੀ ਆ। ਸਰੋਂ ਦੇ ਰੇਟ ਦੀ ਗੱਲ ਕਰ ਲਓ ਬਈ, ਸਰੋਂ ਦਾ ਰੇਟ 4200 ਸਰਕਾਰੀ ਬੰਨਿਆ ਹੋਇਆ, 3500 ਰੁਪਏ ਸਰੋਂ ਵਿਕੀ ਜਾਂਦੀ ਆ। ਕੋਈ ਵੀ ਲਾ ਲਓ, ਹੋਰ ਦਾਲਾਂ ਦਾ ਲਾ ਲਓ, ਜਿਹੜਾ ਰੇਟ ਬੰਨ ਲੈਣਾ ਬਈ ਉਸ ਹਿਸਾਬ ਤੇ ਵਿਕਦੀ ਨਹੀਂ। ਹੁਣ ਪਰਾਲੀ ਦੀ ਗੱਲ ਕਰੀਏ, ਪਰਾਲੀ ਬਈ ਆਪਣੀ ਫਸਲ ਆ, ਵਿਦੇਸ਼ਾਂ ਦੇ ਵਿੱਚ ਇਹਦਾ ਕੋਈ ਗੱਤਾ ਇਹਦਾ ਪਲਾਈ ਬਣਦੀ ਆ, ਬੋਰਡ ਬਣਦੇ ਆ, ਜਾਂ ਕੋਈ ਹੋਰ ਕਿਸੇ ਦੇ ਕੰਮ ਆਉਂਦੀ ਆ, ਪਰ ਆਪਣੀ ਪਰਾਲੀ ਬਈ ਕਿੱਥੇ ਕੌਣ ਲੈਂਦਾ? ਉੱਥੇ ਆਪਣੀ ਲਾ ਲਓ, ਸਾਡੇ ਪਹਿਲਾਂ ਛੱਡੀਆਂ ਵਿਕਦੀਆਂ ਹੁੰਦੀਆਂ ਸੀ, ਭੱਠੇ ਦੇ ਵਿਕ ਜਾਂਦੀਆਂ ਸੀ, ਘੱਟੋ ਘੱਟ 5-6 ਹਜ਼ਾਰ ਦੀਆਂ ਕਿੱਲੇ ਦੀਆਂ ਭੱਠੇ ਦੇ ਉੱਤੇ ਛੱਡੀਆਂ ਵਿਕ ਜਾਂਦੀਆਂ ਸੀ। ਅੱਜ ਬਈ ਕੋਈ ਛੱਡੀ ਖਰੀਦਦਾ ਹੀ ਨੀਗਾ। ਤੂੜੀ ਆ ਬਈ, ਹੁਣ ਤੂੜੀ ਜੇ ਅੱਜ 400 ਦਾ ਰੇਟ ਆ ਹਨਾ, ਤਾਂ ਘੱਟੋ ਘੱਟ ਵੀ 3 ਟਰਾਲੀਆਂ ਨਿਕਲਦੀਆਂ, ਦੋ ਮੰਨ ਕੇ 20 ਕੁਇੰਟਲ ਤੂੜੀ ਨਿਕਲੇ, 20 ਕੁਇੰਟਲ ਦਾ ਰੇਟ 400 ਦੇ 8,000 ਦੀ ਤੂੜੀ ਹੋ ਗਈ, ਉਹ ਆਪਣੀ ਫਸਲ ਆ, 8,000 ਦੀ ਵਿਕਦਾ ਗਈ ਆਪਣੀ ਉਹ। ਤੇ ਪਰਾਲੀ ਬਈ ਵਿਕਦੀ ਹੋਵੇ, ਜੇ ਕੋਈ ਲੈ ਕੇ ਜਾਂਦਾ ਹੋਵੇ ਤਾਂ ਆਪਾਂ ਕਿਉਂ ਫੂਕੀਏ ਉਹਨੂੰ? ਆਪਣੀ ਫਸਲ ਆ, ਪਰ ਉਹ ਮਜਬੂਰ ਨਾ ਆਪਾਂ ਨੂੰ ਵੇਚਣੀ, ਸੋਰੀ ਵੀ ਮਚਾਉਣੀ ਪੈਂਦੀ ਹੈਗੀ। ਤੇ ਬਾਕੀ ਬਾਈ ਜੀ ਰਹੀ ਗੱਲ ਇਹਨੂੰ ਹੁਣ ਬੋਨਸ ਦੇਣ ਦੀ, ਹੁਣ ਝੋਨਿਆਂ ਦੇ ਝਾੜ ਘੱਟ ਗਏ, ਉਹ ਕਿਸੇ ਨੂੰ ਨੀ ਦਿਸੇ, ਕਿਸਾਨਾਂ ਦੀਆਂ ਜਿਹੜੀਆਂ ਕਣਕਾਂ ਸੀਗੀਆਂ ਬਾਰਿਸ਼ ਨਾਲ ਐਤਕੀ ਕਰੰਟ ਹੋ ਗਈਆਂ, ਉਹ ਕਿਸੇ ਨੂੰ ਨੀ ਦਿਸੀਆਂ, ਕਿਸਾਨਾਂ ਦੀ ਜਿਹੜੀ ਹੈਗੀ ਆ ਕਣਕ ਮੱਚ ਗਈ, ਉਹ ਕਿਸੇ ਨੂੰ ਨੀ ਦਿਸੀ, ਹੜਾਂ ਦੇ ਨਾਲ ਜਿਹੜੇ ਇੰਨੇ ਇੰਨੇ ਮੰਨ ਕੇ ਫਸਲਾਂ ਬਰਬਾਦ ਹੋ ਗਈਆਂ, ਕਿੱਥੇ ਕੀ ਮੁਆਵਜ਼ਾ ਦਿੱਤਾ ਉਹਨੂੰ ਬਾਈ ਇਹਨਾਂ ਨੇ ਆਪਣੇ ਪੰਜਾਬ ਵਾਲਿਆਂ ਨੇ ਰੱਖ ਰੱਖਿਆ? ਵੱਧ ਤੋਂ ਵੱਧ 100% ਨੁਕਸਾਨ ਤੇ 8,000 ਰੁਪਇਆ ਜਿਹੜਾ ਮੁਆਵਜ਼ਾ ਦੇਵਾਂਗੇ, 50% ਤੇ ਤੁਹਾਨੂੰ ਦੇਵਾਂਗੇ 4,000। ਬਾਈ 8,000 ਤਾਂ ਸਾਡੀ ਕਿੱਲੇ ਦੀ ਲਵਾਈ ਬਜਾਈ ਵਹਾਈ ਉਹੀ ਉੱਡ ਜਾਂਦੀ ਹੈਗੀ, ਤੇ ਬਾਕੀ ਜਿਹੜਾ ਸਾਲ ਦਾ ਨੁਕਸਾਨ ਹੁੰਦਾ ਉਹ ਵੱਖਰਾ। ਬਾਈ ਬੂਜਰ ਨਾ ਕਿਆ ਕਰੋ, ਪਤਾ ਸਾਰਾ ਕੁਛ ਹੀ ਹੁੰਦਾ ਬਾਈ, ਅਜੇ ਹੁੰਦੇ ਨਾ ਜਿਹਦੇ ਘਰ ਦਾਣੇ ਤੇ ਕਮਲੇ ਵੀ ਸਿਆਣੇ, ਬਾਈ ਜੇ ਸਾਡੇ ਘਰ ਕੋਈ ਨਾ ਕੋਈ ਮਨ ਪੈਸਾ ਹੋਊਗਾ ਤਾਂ ਬੰਦਾ ਆਪੇ ਸਿਆਣਾ ਹੋ ਜਾਂਦਾ ਬਾਈ, ਜਦੋਂ ਮਜਬੂਰੀ ਬਸ ਸਾਡੀ ਫਸਲ ਦਾ ਰੇਟ ਕੋਈ ਹੋਰ ਲਾ ਰਿਹਾ, ਸਾਡੇ ਪੱਲੇ ਕੁਛ ਨੀ ਪੈ ਰਿਹਾ, ਤਾਂ ਬਾਈ ਅਸੀਂ ਆਪੇ ਬੂਝੜ ਵੱਜਾਂਗੇ, ਠੀਕ ਹੈ ਨਾ ਜੀ? ਤੁਸੀਂ ਸਿਆਣੇ ਵੱਜੋਗੇ ਵਿਦਵਾਨੋ, ਤੇ ਬਸ ਇਹੀ ਬੇਨਤੀ ਹੈ ਬਾਈ, ਬਣ ਕੇ ਬੂਝੜ ਨਾ ਕਿਆ ਕਰੋ, ਸਾਡੇ ਹੱਕ ਦੇ ਵਿੱਚ ਖੜ ਜਾਓ। ਕਿਸਾਨੀ ਵੀ ਇੱਕ ਆਦੇ ਹੁੰਦੇ ਨਾ ਜਿਹੜੀ ਗਰਾਰੀ ਹੁੰਦੀ ਆ, ਵੀ ਗਰਾਰੀ ਦੀ ਤਰ੍ਹਾਂ ਆਪਣਾ ਦੇਸ਼ ਆ ਜਿਹੜਾ ਚੱਲਦਾ ਗਾ, ਕਿਸਾਨੀ ਦੇ ਨਾਲ ਹੀ ਕਿਸਾਨੀ ਵੀ ਇੱਕ ਦੰਦਾ ਆਪਣਾ, ਤੇ ਬਾਈ ਕਿਸਾਨੀ ਵਾਲਾ ਦੰਦਾ ਟੁੱਟਿਆ ਪਿਆ, ਹੁਣ ਉਹਨੂੰ ਠੀਕ ਕਰਾ ਲਓ, ਨਹੀਂ ਤਾਂ ਸਾਰੇ ਦੰਦੇ ਭੁਰ ਜਾਣਗੇ ਜੇ ਉਹ ਠੀਕ ਨਾ ਹੋਇਆ ਤਾਂ, ਕਿਉਂਕਿ ਕਿਸਾਨੀ ਦੇ ਉੱਤੇ ਆਪਣਾ ਦੇਸ਼ ਟਿਕਿਆ ਹੋਇਆ ਗਾ। ਕਿਸਾਨੀ ਬਰਬਾਦ ਹੋ ਗਈ ਬਾਈ, ਸਾਰੀ ਮੰਦੀ ਤਾਂ ਕਰਕੇ ਸ਼ੁਰੂ ਹੁੰਦੀ ਆ, ਇੱਕ ਸਾਲ ਦੇਖ ਲਓ ਬਾਈ ਫਸਲ ਬਰਬਾਦ ਹੋ ਗਈ, ਮੰਡੀਆਂ ਦੇ ਵਿੱਚ ਸਾਰੇ ਬਾਣੀ ਕਿ ਸਾਰੇ ਦੁਕਾਨਾਂ ਵਾਲੇ ਵਿਹਲੇ ਰਹਿ ਜਾਂਦੇ ਆ, ਕੀ ਗੱਲ ਆ ਕਿ ਅਜੇ ਫਸਲ ਦੀ ਮੰਦੀ ਆ ਤਾਂ ਕਰਕੇ ਕੋਈ ਗਾਹਕ ਨਹੀਂ ਆ ਰਿਹਾ, ਗਾਹਕ ਆਊ ਕਿੱਥੋਂ ਬਾਈ? ਜਦੋਂ ਫਸਲ ਹੋਊਗੀ ਤਾਂ ਸਾਰੇ ਖੁਸ਼ਹਾਲ ਹੋਣਗੇ, ਤੇ ਕਿਰਪਾ ਕਰਕੇ ਸਾਥ ਦਿਆ ਕਰੋ, ਕਿਸਾਨ ਦੇ ਹੱਕ ਦੇ ਵਿੱਚ ਚੱਲਿਆ ਕਰੋ, ਨਾ ਕਿ ਉਹਨੂੰ ਮਨ ਉਹਦੇ ਬਰਬਾਦ ਹੋਣ ਦੇ ਕੰਢੇ ਤੇ ਚੱਲਿਆ ਕਰੋ, ਵੀ ਇਹਨੂੰ ਬਰਬਾਦ ਹੀ ਕਰਨਾ। ਹੁਣ ਜਦੋਂ ਪਰਾਲੀ ਨੂੰ ਧੂੰਆਂ ਹੋਇਆ ਤਾਂ ਸਾਰੇ ਬੋਰਡ ਲੈ ਕੇ ਖੜ ਗਏ, ਕੀ ਕਹਿੰਦੇ ਸੀ? ਕਿਸਾਨੋ ਸਾਡੇ ਤੇ ਰਹਿਮ ਕਰੋ, ਵੀ ਧੂੰਆਂ ਹੋ ਗਿਆ। ਜਦੋਂ ਕਿਸੇ ਦੀ ਕਣਕ ਮੱਚ ਗਈ ਉਦੋਂ ਕਿਉਂ ਨੀ ਬੋਰਡ ਲੈ ਕੇ ਖੜਦੇ ਵੀ ਕਿਸਾਨਾਂ ਤੇ ਰਹਿਮ ਕਰੋ? ਉਦੋਂ ਸਾਡੇ ਹੱਕ ਚ ਕੌਣ ਖੜਦਾ? ਕੋਈ ਨੀ, ਸਾਡਾ ਭਾਈਚਾਰਾ ਹੀ ਖੜਦਾ ਗਾ। ਖੜਾ ਏ ਤਾਂ ਸਾਡਾ ਭਾਈਚਾਰਾ, ਉੱਥੇ ਕੋਈ ਕਣਕ ਲੈ ਕੇ ਗਿਆ, ਕੋਈ ਤੂੜੀ ਲੈ ਕੇ ਗਿਆ, ਕੋਈ ਹਰਾ ਲੈ ਕੇ ਗਿਆ, ਕੋਈ ਬੰਨ ਬੰਨਣ ਗਿਆ, ਕੌਣ ਸਰਕਾਰ ਦਾ ਬੰਦਾ ਖੜਾ ਗਾ? ਕੋਈ ਨੀ ਖੜਾ। ਸ਼੍ਰੋਮਣੀ ਕਮੇਟੀ ਦਾ 1500 ਕਰੋੜ ਦਾ ਬਜਟ ਆ, ਉਹ ਵੀ ਨੀ ਖੜਿਆ ਆਪਣੇ ਹੱਕ ਦੇ ਵਿੱਚ, ਤੇ ਬਾਈ ਆਪਾਂ ਹੀ ਭਾਈਚਾਰਾ ਖੜਦੇ ਆ, ਤੇ ਵੀਰ ਬਣ ਕੇ ਇੱਕ ਦੂਜੇ ਦਾ ਅਸੀਂ ਸਾਥ ਦੇਣਾ ਗਾ, ਤੇ ਬਾਈ ਬਣ ਕੇ ਇੱਕ ਬੇਨਤੀ ਆ, ਬਸ ਸਾਨੂੰ ਬੂਝਣ ਨਾ ਗਿਆ ਕਰੋ।